ਬਠਿੰਡਾ ਦੀ ਮਿੰਨੀ ਸੈਕਟਰੀਏਟ ਗਲੀ ਨੰਬਰ 5 ਦੇ ਵਿੱਚ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਜਦੋਂ ਅਚਾਨਕ ਇੱਕ ਘਰ ਨੂੰ ਅੱਗ ਨੇ ਆਪਣੀ ਚਪੇਟ ਦੇ ਵਿੱਚ ਲੈ ਲਿਆ। ਅੱਗ ਇੰਨੀ ਭਿਆਨਕ ਸੀ ਕਿ ਘਰ ਦੇ ਵਿੱਚ ਪਿਆ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਜਿਵੇਂ ਹੀ ਅੱਗ ਲੱਗਣ ਬਾਰੇ ਅੱਗ ਬੁਝਾਊ ਵਿਭਾਗ ਨੂੰ ਪਤਾ ਲੱਗਿਆ ਤਾਂ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਪਹੁੰਚੀਆਂ ਦੋ ਗੱਡੀਆਂ ਨੇ ਅੱਗ ਤੇ ਕਾਬੂ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਦੱਸਿਆ ਜਾ ਰਿਹਾ ਕਿ ਜਦੋਂ ਇਹ ਹਾਦਸਾ ਵਾਪਰਿਆ ਸੀ ਤਾਂ ਉਸ ਵੇਲੇ ਘਰ ਦੇ ਵਿੱਚ ਕੋਈ ਵੀ ਪਰਿਵਾਰਕ ਮੈਂਬਰ ਮੌਜੂਦ ਨਹੀਂ ਸੀ, ਇਸ ਕਰਕੇ ਜਾਨੀ ਨੁਕਸਾਨ ਤੋਂ ਵੀ ਬਚਾ ਰਿਹਾ। ਘਰ ਦੇ ਮਾਲਕ ਨੇ ਦੱਸਿਆ ਕਿ ਹਾਲੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਕੁਝ ਵੀ ਪਤਾ ਨਹੀਂ ਚੱਲ ਸਕਿਆ। ਬਾਕੀ ਸਾਰਾ ਕੁਝ ਇੱਥੇ ਰੱਖ ਹੋ ਗਿਆ, ਬਹੁਤ ਨੁਕਸਾਨ ਹੋਇਆ, 20-25 ਲੱਖ ਦਾ ਨੁਕਸਾਨ ਹੋਇਆ। ਅਬ ਕਿਆ ਬਤਾਏ, ਮੈਂ ਕਿਆ ਕਰਾਂਗੇ, ਤਾਂ ਕਿ ਘਰ ਪੇ ਕੋਈ ਨਹੀਂ ਥਾ, ਜਦ ਘਰ ਦਾ ਕੋਈ ਨਹੀਂ ਥਾ, ਆਪੋ ਪੈਸੇ ਬਦਲ ਗਿਆ। ਮੈਂ ਪੁਲਿਸ ਨੂੰ ਆ ਕੇ ਮੈਂ ਦੁਕਾਨ ਤੇ ਜੀ ਦੁਕਾਨ ਤੱਕ ਬਤਾਇਆ ਤਾਂ ਮੈਂ ਆਪ ਕਰ ਲਿਆ। ਕਹਾਂ ਗਏ ਹੋ ਇੱਥੇ ਘਰ ਤੋਂ? ਬੱਚੇ ਗਏ ਹੋਏ ਜਸਮ ਮਹੀਨੇ ਤੋਂ, ਰਸਤੇ ਮੈਂ ਆ ਰਹੇ ਹਾਂ ਰਸਤੇ ਮੈਂ। ਸਾਰੇ ਸਰ ਬੈਂਕ ਸਾਰਾ ਸਰ ਮਕਾਨ ਜਲ ਗਿਆ, ਆਪਕੇ ਸਾਹਮਣੇ ਦੇਖੋ ਸਾਰਾ ਮਕਾਨ ਜਲਾ ਹੁਆ, ਇੱਕ ਚੀਜ਼ ਜਲ ਗਈ, ਕੁਛ ਨਹੀਂ ਬਚਿਆ ਕਰਨਾ। ਮੈਂ ਤਾਂ ਵੀ ਏਸੀ ਸੇ ਲੈ ਕੇ ਸਾਰਾ ਕੁਝ ਜਲ ਗਿਆ। ਕਾਰਨ ਕੀ ਲੱਗਿਆ ਲਗਾ? ਅਭੀ ਕਾ ਪਤਾ ਲੱਗ ਜਾਏਗਾ, ਪਤਾ ਲੱਗ ਕੇ ਪਤਾ ਲੱਗਿਆ, ਅਭੀ ਕਾ ਪਤਾ ਲੱਗਾ ਬਤਾਈਏ, ਆਪਕੇ ਸਾਹਮਣੇ ਹਮ ਲੋ ਆਪੀ ਆ ਕੇ ਦੇਖ ਰਹੇ, ਕਿਆ ਪਤਾ ਲੱਗਾ? ਠੀਕ ਹੈ ਸਰ, ਕਿਆ ਹੋਇਆ? ਕੋਈ ਪਤਾ ਨਹੀਂ ਕਿਆ ਹੋਇਆ, ਕਿਤਨੇ ਲੋਕ ਅਭੀ ਕੁਛ ਨਹੀਂ ਕਹਿ ਸਕਦੇ, ਸਾਰਾ ਜਲ ਕੇ ਰੱਖ ਹੋ ਗਿਆ, ਸਾਰਾ ਘਰ ਕਾ ਸਾਮਾਨ ਸਾਮਾਨ ਜਲ ਗਿਆ, ਘਰ ਕਾ ਸਾਰਾ ਸਾਮਾਨ, एसी टीवी वगैरह सारा सब कुछ। कितना नुकसान कितना हुआ? कोई एक अंदाजा नहीं है इसमें। अच्छा, कारण क्या रहा? कोई एक कोई पता नहीं, अभी कुछ नहीं कह सकते कारण का, क्योंकि बिजली भी थी नहीं सवेरे से। घर पे गई। उधर अग बुझाऊ विभाग के अधिकारी ने मीडिया को जानकारी देते हुए कहा कि अग ते काबू पा लिया गया। ਇਹ ਤਾਂ ਸਾਨੂੰ 1:05 'ਤੇ ਇਤਲਾਹ ਮਿਲੀ ਹੈ ਕਿ ਮਿੰਨੀ ਸੈਕਟਰੀਅਲ ਰੋਡ 'ਤੇ ਮਕਾਨ 'ਚ ਅੱਗ ਲੱਗੀ ਹੈ। ਅਸੀਂ ਉਸੇ ਟਾਈਮ ਹੀ ਦੋ ਗੱਡੀਆਂ ਲੈ ਕੇ ਇੱਥੇ ਪਹੁੰਚੇ ਹਾਂ, ਅੱਗ 'ਤੇ ਕੰਟਰੋਲ ਕੀਤਾ ਅਤੇ ਹਜੇ ਇਹਦਾ ਕੀ ਕਾਰਨ ਹੈ, ਕਿਵੇਂ ਲੱਗੀ ਹੈ, ਹਜੇ ਮਾਲਕਾਂ ਨਾਲ ਸਾਡੀ ਗੱਲ ਨਹੀਂ ਹੋਈ, ਪੁੱਛ ਰਹੇ ਹਾਂ ਉਹਨਾਂ ਨੂੰ ਵੀ ਕਿਵੇਂ ਅੱਗ ਲੱਗੀ ਹੈ। ਇਹ ਅੱਗ ਦੇ ਨਾਲ ਜਿਹੜਾ ਇਹਨਾਂ ਦਾ ਡਰਾਇੰਗ ਰੂਮ ਹੈ, ਕਮਰਾ ਹੈ, ਰਸੋਈ ਹੈ, ਇਹਦੇ 'ਚ ਪਿਆ ਸਮਾਨ ਦਾ ਨੁਕਸਾਨ ਹੋਇਆ। ਨੁਕਸਾਨ ਤਾਂ ਜੀ ਮਤਲਬ ਡਰਾਇੰਗ ਰੂਮ ਅਤੇ ਕਮਰਾ ਇੱਕ ਰਸੋਈ, ਉਹਦਾ ਨੁਕਸਾਨ ਹੈ, ਕਿੰਨਾ ਕੁ ਹੋਇਆ ਉਹ ਵੀ ਹਜੇ ਅੱਜ ਗੱਲ ਨਹੀਂ ਕੀਤੀ, ਕਿਉਂਕਿ ਸਾਡਾ ਜਿਹੜੀ ਪਹਿਲੀ ਸਟੇਜ 'ਤੇ ਅੱਗ ਨੂੰ ਕੰਟਰੋਲ ਕਰਨਾ ਸੀ। ਸਾਡੇ ਕੋਲ ਦੋ ਗੱਡੀਆਂ ਇੱਥੇ ਆਈਆਂ ਸੀ, ਦੋਵੇਂ ਛੋਟੀਆਂ ਗੱਡੀਆਂ ਲੈ ਕੇ ਆਏ ਹਾਂ, ਕਿਉਂਕਿ ਇਸ ਏਰੀਏ 'ਚ ਕਈ ਵਾਰ ਵੱਡੀ ਗੱਡੀ ਆ ਨਹੀਂ ਸਕਦੀ, ਦੋ ਗੱਡੀਆਂ ਲੈ ਕੇ ਆਏ ਹਾਂ। ਹਾਂ, ਅੱਗ ਕੰਟਰੋਲ ਹੈ ਜੀ। ਨਹੀਂ, ਗਰਾਊਂਡ ਲੈਵਲ 'ਤੇ ਹੀ ਹੈ ਜੀ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਤਾਂ ਜਾਂਚ ਕਰਨ ਤੋਂ ਬਾਅਦ ਹੀ ਲੱਗੇਗਾ ਕਿ ਅੱਗ ਕਿਵੇਂ ਲੱਗੀ ਸੀ। ਸਕਾਈ ਨਿਊਜ਼ ਪੰਜਾਬ ਲਈ ਬਠਿੰਡਾ ਤੋਂ ਪਵਨ ਬਾਂਸਲ ਦੀ ਰਿਪੋਰਟ। ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ PNP ਦੇ ਥਰੂ ਜਾਂ LMIA ਦੇ ਥਰੂ ਜਾਂ ਜੋਬ ਆਫਰ ਦੇ ਥਰੂ ਜਾ ਕੇ ਪੱਕੇ ਤੌਰ ਤੇ ਸੈਟਲ ਹੋਣਾ ਚਾਹੁੰਦੇ ਹੋ, ਜਾਂ ਤੁਸੀਂ ਸਟੂਡੈਂਟ ਵੀਜ਼ਾ ਤੇ ਕੈਨੇਡਾ ਜਾਂ ਆਸਟ੍ਰੇਲੀਆ ਸਕਾਲਰਸ਼ਿਪ ਦੇ ਨਾਲ ਘੱਟ ਫੀਸ ਤੇ ਤੁਹਾਡੇ ਐਜੂਕੇਸ਼ਨ 'ਚ ਗੈਪ ਹੈ ਤੇ ਤੁਸੀਂ ਪੜ੍ਹ ਕੇ ਜੇ ਸੈਟਲ ਹੋਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ, ਤੁਸੀਂ ਹੇਠ ਲਿਖੇ ਨੰਬਰਾਂ ਤੇ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।